ठाकुर तुम पह अरदास, जियो पिंड सब तेरी रास। तुम मात पिता हम बारिक तेरे, तुमरी कृपा मैं सुख कनेर। कोई न जान तुमरा अंत, ऊचे ते ऊचा भगवंत। सगल समगरी तुमरा सुतर तारी, तुम ते हो सो आज्ञाकारी। मरी गात मित तुम हे जानी, नानक दास कुरबानी। तुमरी गात मित तुम हे जानी, नानक दास कुरबानी। बोलो जी वाहे गुरु। एक ओंकार, वाहिगुरु जी की फतह है। श्री भगवती जी सहाय, वार श्री भगवती जी की पातशाही दसवीं। प्रथम भगवती सिमरक गुरु नानक लई त्याय, फिर अंगद गुर ते अमरदास रामदास हुई सहाय। अर्जन हर गोबिंद ना सिमरो श्री हर राय, श्री हर कृष्ण त्याई जिस डिठे सब दुख जाए। तेग बहादुर सिमरिया कर नौ निध आवताए, सब थाई हुए सहाय। दसवें पातशाह साहिब श्री गुरु गोबिंद सिंह साहिब जी, सब थाई होए सहाय। दसां पातशाहियां दी जोत श्री गुरु ग्रंथ साहिब जी दे पाठ, दीदार दा ध्यान धर के बोलो जी। पंजां प्यारियां चौहां साहिब जादियां, चालियां मुकतियां हठियां जपियां तपियां। जिन्हां नाम जपिया वंड के छकिया, देख चलाई तेग वाहे, देख के अंडिठ कीता। तिन्हां प्यारियां सचियारियां दी कमाई दा ध्यान धर के खालसा जी बोलो जी। जिन्हां सिंघां सिंघणियां ने धर्म हेत सीस दिते बंद बंद कटवाए, खोपरियां लोहाइयां चरखड़ियां ते चढ़े, तन आरियां नाल चरवाए गए। गुरद्वारियां दी सेवा लई कुरबानियां कीतियां, धर्म नहीं हारिया। सिखी केसां स्वासां संग निभाही, तिन्हां दी कमाई दा ध्यान धर के खालसा जी बोलो जी। पंजां तख्तां सरबत गुरद्वारियां दा ध्यान धर के बोलो जी। प्रथम सरबत खालसा जी की अरदास है जी, सरबत खालसा जी को वाहे गुरु, वाहे गुरु, वाहे गुरु। चित आवे चित आवन का सदका सर्व सुख होवै, जहां जहां खालसा जी साहेब तहां तहां रचिया रियायत। देग तेग फतह बिरद की पैज, पंथ की जीत श्री साहिब जी सहाय। खालसे जी के बोल वाले बोलो जी। सिखां नूं सिखी दान केस दान रहत दान बबेक दान विसाहा दान भरोसा दान
ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਹਜ਼ੂਰ ਸ਼ਬਦ ਚੌਂਕੀ, ਸ੍ਰੀ ਸੁਖਮਣੀ ਸਾਹਿਬ ਜੀ ਕੇ ਪਾਠ, ਚੌਪਈ ਸਾਹਿਬ, ਸ੍ਰੀ ਅਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾ ਸਫਲ ਕਰਨੀ, ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੇ, ਸਭਨਾ ਦੀਆਂ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੇ। ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਸਰਬੱਤ ਸੰਗਤਾਂ ਨੂੰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਸਰਬੱਤ ਸੰਗਤਾਂ ਤੇ ਟਹਿਲੀਆਂ ਦੀ ਸ਼ੁਕਰਾਨੇ ਦੀ ਅਰਦਾਸ, ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀਆਂ ਦੇ ਗਾਂ ਹਾਜ਼ਰ ਹਨ, ਦਰ ਪ੍ਰਵਾਨ ਹੋਵਣ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੇ ਆਗਿਆ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕਾ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਈ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।